ਮੈਨੂੰ ਪਤਾ ਹੈ ਵਟਸਐਪ ਕਿਵੇਂ ਚਲਾਉਣਾ ਹੈ। ਮੈਨੂੰ ਪਤਾ ਹੈ ਕਾਰ ਕਿਵੇਂ ਚਲਾਉਣੀ ਹੈ। ਮੈਨੂੰ ਨਾ ਦੱਸੋ, ਮੈਨੂੰ ਪਤਾ ਹੈ ਖਾਣਾ ਕਿਵੇਂ ਤਿਆਰ ਕਰਨਾ ਹੈ। ਕੀ ਤੁਸੀਂ ਕਦੇ ਇਸ ਤਰ੍ਹਾਂ ਦੇ ਸੈਂਟੈਂਸਿਸ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਜਾਂ ਫਿਰ ਤੁਸੀਂ ਕਦੇ ਆਪਣੀ ਐਫੀਸ਼ੀਐਂਸੀ ਜਾਂ ਫਿਰ ਆਪਣੇ ਟੈਲੈਂਟ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਕੋਈ ਚੀਜ਼ ਮੈਨੂੰ ਕਰਨੀ ਆਉਂਦੀ ਹੈ, ਜਾਂ ਮੈਨੂੰ ਪਤਾ ਹੈ ਕਿ ਕੋਈ ਕੰਮ ਕਿਸ ਤਰ੍ਹਾਂ ਕਰਨਾ ਹੈ। ਕਿਸ ਤਰ੍ਹਾਂ ਬਣਾਉਣੇ ਨੇ ਇਸ ਤਰ੍ਹਾਂ ਦੇ ਸੈਂਟੈਂਸ, ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਆਪਾਂ ਕਲੀਅਰ। ਸੋ ਲੈਟਸ ਗੈਟ ਸਟਾਰਟਡ। ਸੋ ਆਪਾਂ ਜਦੋਂ ਵੀ ਇੰਗਲਿਸ਼ ਦੇ ਵਿੱਚ ਕਿਸੇ ਨੂੰ ਇਹ ਦੱਸਣਾ ਹੋਵੇ ਕਿ ਮੇਰੇ ਕੋਲ ਕੋਈ ਐਬਿਲਿਟੀ ਹੈਗੀ ਆ ਜਾਂ ਮੇਰੀ ਕਿਸੇ ਕੰਮ ਦੇ ਵਿੱਚ ਐਫੀਸ਼ੀਐਂਸੀ ਹੈਗੀ ਆ, ਜਿਸਨੂੰ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਨਿਪੁੰਨਤਾ, ਇਹ ਜਦੋਂ ਵੀ ਆਪਾਂ ਕਿਸੇ ਨੂੰ ਦੱਸਣਾ ਉਦੋਂ ਸਾਨੂੰ ਇੰਗਲਿਸ਼ ਦੇ ਵਿੱਚ ਯੂਜ਼ ਕਰਨਾ ਪੈਂਦਾ ਹਾਓ ਟੂ ਨੂੰ। ਸੋ ਹੁਣ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਆਪਾਂ ਹਾਓ ਟੂ ਦੇ ਨਾਲ ਸੈਂਟੈਂਸਿਸ ਬਣਾਉਣੇ ਨੇ। ਜਦੋਂ ਵੀ ਆਪਾਂ ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਦੇ ਸੈਂਟੈਂਸਿਸ ਬਣਾਉਣੇ ਨੇ ਕਿ ਮੇਰੇ ਕੋਲ ਕੋਈ ਐਫੀਸ਼ੀਐਂਸੀ ਹੈਗੀ ਹੈ ਜਾਂ ਮੈਨੂੰ ਕਿਸੇ ਕੰਮ ਨੂੰ ਕਰਨ ਦੇ ਬਾਰੇ ਪਤਾ ਹੈ, ਐਗਜ਼ਾਮਪਲ ਦੇ ਤੌਰ 'ਤੇ ਕਿ ਮੈਨੂੰ ਪਤਾ ਹੈ ਵਟਸਐਪ ਕਿਵੇਂ ਚਲਾਉਣਾ ਹੈ, ਉਦੋਂ ਆਪਾਂ ਇੰਗਲਿਸ਼ ਦੇ ਵਿੱਚ ਯੂਜ਼ ਕਰਦੇ ਹਾਂ ਹਾਓ ਟੂ ਨੂੰ। ਹਾਓ ਟੂ ਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਤੁਸੀਂ ਸਟਰਕਚਰ ਪਹਿਲਾਂ ਦੇਖ ਲੈਣਾ ਹੈਗਾ ਕਿ ਆਈ ਨੂੰ ਆਪਾਂ ਇਸ ਕਰਕੇ ਲਿਖਿਆ ਕਿ ਕਈ ਵਾਰੀ ਸਾਨੂੰ ਇਸ ਤਰ੍ਹਾਂ ਕਹਿਣਾ ਪੈਂਦਾ ਕਿ ਮੈਨੂੰ ਪਤਾ ਹੈ ਜਾਂ ਮੈਂ ਜਾਣਦਾ ਹੈ। ਸੋ ਫਸਟ ਸਾਡਾ ਆਈ ਨੂੰ ਲੱਗੂਗਾ, ਮੈਂ ਜਾਣਦਾ ਹਾਂ ਜਾਂ ਮੈਨੂੰ ਪਤਾ ਹੈ, ਹਾਓ ਟੂ ਫਿਰ ਆਊਗਾ, ਔਰ ਉਸ ਤੋਂ ਬਾਅਦ ਸਾਡੀ ਵਰਬ ਦੀ ਫਾਰਮ ਆਊਗੀ, ਜਿਹੜਾ ਵੀ ਐਕਸ਼ਨਸ ਅਸੀਂ ਕਰ ਸਕਦੇ ਹਾਂ, ਜੋ ਵੀ ਸਾਡੀ ਐਫੀਸ਼ੀਐਂਸੀ ਹੈਗੀ ਆ ਉਹ ਸਾਡਾ ਇੱਥੇ ਵਰਬ ਲੱਗਣਾ, ਐਂਡ ਉਸ ਤੋਂ ਬਾਅਦ ਅਸੀਂ ਆਪਣਾ ਓਬਜੈਕਟ ਜਿਹੜਾ ਲਿਖਣਾ ਹੈਗਾ ਜਿਹਦੇ ਬਾਰੇ ਸਾਡੀ ਗੱਲ ਹੋ ਰਹੀ ਹੈ। ਅਤੇ ਹੁਣ ਆਪਾਂ ਸੈਂਟੈਂਸ ਦੀ ਪ੍ਰੈਕਟਿਸ ਕਰਦੇ ਹਾਂ ਸਟਰਕਚਰ ਦੇ ਨਾਲ। ਐਗਜ਼ਾਮਪਲ ਦੇ ਤੌਰ 'ਤੇ ਅਗਰ ਸਾਡੇ ਕੋਲ ਸੈਂਟੈਂਸ ਹੋਵੇ, ਸੋ ਸੈਂਟੈਂਸ ਤੁਸੀਂ ਦੇਖ ਸਕਦੇ ਹਾਂ ਕਿ ਮੈਨੂੰ ਪਤਾ ਹੈ ਕਾਰ ਕਿਵੇਂ ਚਲਾਉਣੀ ਹੈ। ਸੋ ਸਿੰਪਲ ਸੈਂਟੈਂਸ ਕੀ ਬਣੂਗਾ, ਆਈ ਨੂੰ ਹਾਓ ਟੂ ਡਰਾਈਵ ਦ ਕਾਰ, ਮੈਨੂੰ ਪਤਾ ਹੈ ਕਾਰ ਕਿਸ ਤਰ੍ਹਾਂ ਚਲਾਉਣੀ ਹੈ। ਸੋ ਇਸ ਤਰ੍ਹਾਂ ਅਸੀਂ ਇਸ ਸੈਂਟੈਂਸ ਨੂੰ ਬਣਾਵਾਂਗੇ। ਇੱਕ ਵਾਰੀ ਫਿਰ ਦੇਖ ਲਿਆ, ਆਈ ਨੂੰ ਹਾਓ ਟੂ ਡਰਾਈਵ ਕਾਰ। ਸੋ ਇਸ ਤਰ੍ਹਾਂ ਅਸੀਂ ਸੈਂਟੈਂਸ ਲਿਖ ਲੈਂਦੇ ਹਾਂ ਇੱਥੇ, ਆਈ ਨੂੰ ਹਾਓ ਟੂ ਡਰਾਈਵ ਅ ਕਾਰ। ਸੋ ਇਸੇ ਤਰ੍ਹਾਂ ਅਸੀਂ ਹੋਰ ਸੈਂਟੈਂਸਿਸ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਕਈ ਵਾਰੀ ਸਾਨੂੰ ਇਸ ਤਰ੍ਹਾਂ ਕਹਿਣਾ ਪੈਂਦਾ ਕਿ ਜਦੋਂ ਸਾਨੂੰ ਕੋਈ ਕਿਸੇ ਕੰਮ ਨੂੰ ਕਰਨ ਦੇ ਬਾਰੇ ਦੱਸਣ ਲੱਗਦਾ ਹੈ, ਬਟ ਅਸੀਂ ਉਸਨੂੰ ਅੱਗੇ ਰੋਕ ਕੇ ਕਹਿ ਦਿੰਦੇ ਕਿ ਨਹੀਂ, ਮੈਨੂੰ ਨਾ ਦੱਸੋ, ਮੈਨੂੰ ਪਤਾ ਹੈ ਇਹ ਕੰਮ ਕਿਸ ਤਰ੍ਹਾਂ ਕਰਨਾ ਹੈ। ਸੋ ਉਸ ਸੈਂਟੈਂਸ ਦੇ ਵਿੱਚ ਪਹਿਲਾਂ ਤੁਸੀਂ ਇੱਕ ਇੰਪੈਰੇਟਿਵ ਸੈਂਟੈਂਸ ਬਣਾ ਸਕਦੇ ਹੋ, ਜਿਸ ਦੇ ਵਿੱਚ ਤੁਸੀਂ ਅਗਲੇ ਬੰਦੇ ਨੂੰ ਕਮਾਂਡ ਕਰੋਗੇ ਕਿ ਪਲੀਜ਼ ਡੋਂਟ ਟੈਲ ਮੀ ਆਈ ਨੋ ਹਾਓ ਟੂ ਆਪਰੇਟ ਵਟਸਐਪ, ਪਲੀਜ਼ ਡੋਂਟ ਟੀਚ ਮੀ ਆਈ ਨੋ ਹਾਓ ਟੂ ਪ੍ਰਿਪੇਅਰ ਫੂਡ। ਸੋ ਇਸ ਤਰ੍ਹਾਂ ਦੇ ਸੈਂਟੈਂਸਿਸ ਜਦੋਂ ਵੀ ਤੁਸੀਂ ਐਫੀਸ਼ੀਐਂਸੀ ਨੂੰ ਸ਼ੋਅ ਕਰਨਾ ਆ, ਹਾਓ ਟੂ ਨੂੰ ਯੂਜ਼ ਕਰਨਾ ਔਰ ਇਹ ਵਾਲਾ ਸਟਰਕਚਰ ਨੂੰ ਹਮੇਸ਼ਾ ਫੋਲੋ ਕਰਨਾ। ਅਕੋਰਡਿੰਗ ਟੂ ਟੈਂਸ ਤੁਹਾਡੀ ਫਾਰਮ ਜਿਹੜੀ ਹੈ ਚੇਂਜ ਹੋ ਸਕਦੀ ਹੈ, ਤੁਸੀਂ ਕਿਸ ਕੰਟੈਕਸਟ ਦੇ ਵਿੱਚ ਕਿਸ ਟੈਂਸ ਦੇ ਵਿੱਚ ਗੱਲ ਕਰਨੀ ਚਾਹੁੰਦੇ ਆ ਉਹਦੇ ਅਕੋਰਡਿੰਗ ਤੁਸੀਂ ਇਸ ਨੂੰ ਚੇਂਜ ਕਰ ਲੈਣਾ। ਸੋ ਹੋਪ ਹੈ ਕਿ ਤੁਹਾਨੂੰ ਛੋਟਾ ਜਿਹਾ ਟੋਪਿਕ ਵਧੀਆ ਲੱਗਿਆ ਹੋਊਗਾ। ਅਗਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ, ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।